Hello guys, once again welcome you. It's day 4 of the trip and we are today we are on way from Govindtham to first Hemkund Sahib, then back to Govindtham and then back to Govindkar. Yeah, it's a fair English issue. मतलब अपन हम थले उतरना हुआ तो फिर इस करके इजी है इसलिए अपन गोविंदगढ़ तक पहुंचेंगे. मैं थोड़ा दिखाना चाहूँ कि जगह जिथे कल बंदे फसे हुए ऑलमोस्ट इतने जे अब आई टी स्पॉट है ना इतने जे बंदे फसे हुए थे. चलो आगे चले. एवरीथिंग फाइन एंड अब सवा पाँच साढ़े पाँच हो चुके हैं तो आप निकलते हैं थोड़ी देर. सो निकल लगे हैं बस पाँच तीह हो गए. पहला पाँच पच्ची से लंगर प्रसादा छका मत्था टेका उदो बाद निकल गए. तो यार फोन की स्टोरेज का भी नहीं पता 64 GB फुल होना रही है 64 GB सिर्फ ब्लॉग्स ने. आफ्टर अ ट्रैकिंग ऑफ अबाउट 2 hours I just saw the Nishan Sahib over there. Totally zooming in, man. Hope it's visible to you. Few kilometers left. Okay. Moving closer and closer to our destination. This was the Nishan Sahib. I was trying to show you guys. Now more visible. Behind that is a Gurdwara. Hemkund Sahib. So much long trek. Enjoying chai, Parle Ji, and this awesome view. Distance jama thoda ya. Tyaar ko badal darte hue. Bas idhar usse shoche jana hai. The done. As I told you, world's highest and last Gurdwara of India. So we come all the way around there all those pahads and this is our destination and we're waiting for Bakuji for those glaciers. लाइव टेलीकास्ट हो रहा है. चलो बाकी थोड़ा बाद चलेंगे. ओके अरदास वगैरह होके हट गया तो 5-10 मिनट होने पहुंचे निशान साहब. उधर बदल आ गए यार काफ़ी सवेरे मौसम है ना धुप निकल गई सी. पहाड़ा के मौसम का कुछ नहीं पता लगता. ठीक है भी 15,000 फुट ते आ तो वो सामने हैगा सेंटर च सरोवर. आप चले हम इनान कर आगा इत दरबार साहब अंदर थोड़ा फिर लगे जाने इनान कर तो बाद. चल ठीक है कटना दलाल जो सामने जमा सेंटर च इधर ले चोटी इधर ले एक चोटी छड़ के दूजी चोटी नहीं. हाँ जी अच्छा ते एक उत्ते भी तो कुछ हैगा वो सब तो टॉप ते ओही लैन है. अच्छा हम बदल आ गए और अच्छा ओहो ठीक है एक निशान से इधर दूजे दे बदल आ गए. ओहो हाँ जी दिख गया उधर. अच्छा उधर
Okay. ਇਸ਼ਨਾਨ ਕਰ ਲਿਆ, ਸਭ ਕੁਛ ਕਰ ਲਿਆ ਅਤੇ ਹੁਣ ਚੱਲੇ ਆਪਾਂ ਦਰਬਾਰ ਸਾਹਿਬ ਦੇ ਅੰਦਰ। ਟਾਈਮ ਲੈਪਸ ਹੋਪ ਤੁਸੀਂ ਇੰਜੋਏ ਕੀਤਾ, ਹੁਣ ਪਤਾ ਨਹੀਂ ਕਿੱਦਾਂ ਰਿਹਾ ਯਾਰ। ਆਈ ਮੀਨ ਜਸ ਦੇਖੋ, ਧੁੱਪ ਵੀ ਨਿਕਲੀ ਹੋਈ ਆ, ਬੱਦਲ ਵੀ ਨੇ, ਲਾਸਟ ਗੁਰਦੁਆਰਾ ਆਫ ਇੰਡੀਆ ਫਰੋਮ ਨੌਰਥ ਈਸਟ, ਆਈ ਥਿੰਕ ਲਾਸਟ ਤਾਂ ਹੈਗਾ ਹੀ ਆ, ਨੌਰਥ ਈਸਟ ਆਈ ਥਿੰਕ। ਨਾਮ ਰਤਨਜਨ ਗੁਰਮੁਖ ਪਾਇਆ ਤੇ ਜਿਸੇ ਉਰ ਨਾਹੀ ਪਛਾਇਆ, ਨਾਮ ਭਾਣਾ ਮੋਰੂ ਨਾਮ ਸੁਖ ਨਾਮ ਕਸੰਗ ਆਪਣੇ ਤਪ ਅਸਥਾਨ ਦੀ ਕਥਾ ਬਿਆਨ ਕਰਨ ਲੱਗੇ ਹਾਂ ਕਿ ਕਿਸ ਤਰ੍ਹਾਂ ਤਪ ਸਾਧਨਾ ਕਰਕੇ ਸਾਡੀ ਮਾਤ ਲੋਕ ਵਿੱਚ ਆਉਣ ਦੀ ਵਿਧ ਬਣੀ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੁਭ ਤੈ ਤਹਾਂ, ਜਿਸ ਜਗ੍ਹਾ ਤੇ ਆਪਾਂ ਬੈਠੇ ਹਾਂ ਉਸ ਜਗ੍ਹਾ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ। ਜਿੱਥੇ ਹੇਮਕੁੰਟ ਨਾਮ ਦਾ ਪਰਬਤ ਹੈ ਉਸਦੇ ਚਾਰ ਚੁਫੇਰੇ ਸਭ ਚੋਟੀਆਂ ਸੁਭਾਇਮਾਨ ਹਨ। ਇਹ ਨਿਸ਼ਾਨੀਆਂ ਦੱਸੀਆਂ ਹਨ ਸਤਿਗੁਰਾਂ ਨੇ, ਤਹਿ ਹਮ ਅਧਿਕ ਤਪੱਸਿਆ ਸਾਧੀ ਮਹਾਂਕਾਲ ਕਾਲ ਕਾ ਆਰਾਧੀ। ਸਤਿਗੁਰੂ ਜੀ ਕਹਿੰਦੇ ਅਸੀਂ ਹੇਮਕੁੰਟ ਪਰਬਤ 'ਤੇ ਬੈਠ ਕਰਕੇ ਉਸ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੀ ਭਗਤੀ ਕਰਨਾ ਕੀਤੀ। ਇਹ ਬਿਧ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋ ਗਏ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਸਾਨੂੰ ਤਪੱਸਿਆ ਕਰਦਿਆਂ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ, ਇਤਨਾ ਕੁ ਸਮਾਂ ਹੋ ਗਿਆ ਕਿ ਸਾਡੇ ਅਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਭੇਦ ਨਾ ਰਿਹਾ। ਸਤਿਗੁਰੂ ਜੀ ਕਹਿੰਦੇ ਸਾਡੀ ਇਸ ਭਗਤੀ ਤੋਂ ਖੁਸ਼ ਹੋ ਕਰਕੇ ਪ੍ਰਸੰਨ ਹੋ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੁਕਮ ਕੀਤਾ ਕਿ ਆਪ ਮਾਤ ਲੋਕ ਦੀ ਧਰਤੀ 'ਤੇ ਜਾਓ। ਸਤਿਗੁਰੂ ਜੀ ਕਹਿੰਦੇ ਚਿੱਤ ਨਾ ਪਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨ ਮੈਂ। ਸਤਿਗੁਰੂ ਜੀ ਕਹਿੰਦੇ ਸਾਡਾ ਚਿੱਤ ਨਹੀਂ ਸੀ ਕਰਦਾ ਇਸ ਮਾਤ ਲੋਕ ਦੀ ਧਰਤੀ 'ਤੇ ਆਉਣ ਨੂੰ, ਕਿਉਂਕਿ ਸਾਡੀ ਸੁਰਤਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀ ਹੋਈ ਸੀ, ਪਰ ਜੋ ਸਮੁੱਚੀ ਮਨੁੱਖਤਾ 'ਤੇ ਜ਼ੁਲਮ ਹੋ ਰਹੇ ਸਨ ਉਸ ਜ਼ੁਲਮ ਨੂੰ ਰੋਕਣਾ ਸਤਿਗੁਰੂ ਜੀ ਕਹਿੰਦੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਬਿਠਾਇਓ। ਮੁਰਪਿਤ ਪੂਰਬ ਕੀ ਸਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾ ਤ੍ਰਿਵੈਣੀ ਭਏ ਪੁੰਨ ਦਾਨ ਦਿਨ ਕਰਤਵ ਤਏ, ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵਲੇ। ਸਤਿਗੁਰੂ ਜੀ ਕਹਿੰਦੇ ਸਾਡਾ ਅਵਤਾਰ ਪਟਨਾ ਸ਼ਹਿਰ ਵਿਖੇ ਹੋਇਆ, ਸਤਿਗੁਰਾਂ ਨੇ ਸਾਡੇ ਲਈ ਆਪਣਾ ਸਾਰਾ ਪਰਿਵਾਰ
ਸਾਰਾ ਸਰਬੰਸ ਕੁਰਬਾਨ ਕੀਤਾ। ਬੇਅੰਤ ਸਿੰਘਾਂ ਨੇ ਸ਼ਹੀਦੀਆਂ ਦੇ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਹਨ। ਗੁਰਮੁਖੋ ਪਿਆਰੋ, ਬੇਨਤੀ ਹੈ ਜਿਹੜੇ ਵੀ ਰੋਮਾਂ ਦੀ ਬੇਅਦਬੀ ਕਰਦੇ ਹਨ ਜਾਂ ਕਿਸੇ ਨਸ਼ੇ ਪੱਤੇ ਦਾ ਸੇਵਨ ਕਰਦੇ ਹਨ, ਸੋ ਰੋਮਾਂ ਦੀ ਬੇਅਦਬੀ ਛੱਡ ਕਰਕੇ, ਨਸ਼ੇ ਪੱਤੇ ਦਾ ਸੇਵਨ ਛੱਡ ਕਰਕੇ ਖੰਡੇ ਬਾਟੇ ਦੀ ਬੋਲ ਛਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਬਣਾਈਏ, ਭਈ ਪ੍ਰਾਪਤ ਮਾਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਭਾਈ ਇਹ ਵਾਰੀ ਹੈ, ਸੋ ਬੇਨਤੀ ਹੈ ਗੁਰੂ ਕੇ ਲੰਗਰਾਂ ਬਿਲਡਿੰਗਾਂ ਦੀ ਭਾਈ ਸੇਵਾ ਚੱਲ ਰਹੀ ਹੈ। ਸਰੋਵਰ ਬਹੁਤ ਵੱਡਾ ਹੈ ਜੀ, ਸਿੱਧਾ ਗਲੇਸ਼ੀਅਰ ਵਾਲਾ ਪਾਣੀ ਆਉਂਦਾ। ਚੈੱਕ ਆਊਟ ਦਾ ਵੈਦਰ, ਜਦ ਤਾਂ ਮੈਂ ਬ੍ਰਾਈਟਨੈਸ ਵਧਾਉਂਦਾ ਔਸਮ ਹੈ ਯਾਰ। ਲਿਟ ਵੈਦਰ ਇੱਥੇ ਨਾ ਆ ਜਾਂਦਾ ਨਦੀ ਵਾਲਾ ਪਾਣੀ, ਇੱਥੇ ਏਦਾਂ ਦੇ ਵੈਦਰ ਨੂੰ ਕਹਿੰਦੇ ਨੇ ਗਰਮ ਵੈਦਰ। ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ਅਤੇ ਸਭ ਕੁਛ ਲਿਟ ਹੈ। ਰਸਤਾ ਵੀ ਦਿਖਾਉਂਦੇ ਹਾਂ ਤੁਹਾਨੂੰ, ਰੁਕੋ ਉਹ ਦਿਖਿਆ ਪਿੱਛੇ ਹੈਗਾ ਪੌੜੀਆਂ ਵਾਲਾ ਰਾਹ, ਇੱਧਰੋਂ ਨੇੜੇ ਪੈਂਦਾ ਬਟ ਜ਼ੋਰ ਜ਼ਿਆਦਾ ਲੱਗਦਾ, ਸੋ ਆਈ ਚੂਜ਼ ਦਿਸ ਵੇ, ਸਰਚਿੰਗ ਫਰੋਮ ਦਾ ਸਨੋ ਐਂਡ ਹੇਅਰ ਇਜ਼ ਦਾ ਸਨੋ। ਹੁਣ ਥੱਲੇ ਜਾਣ ਲੱਗੇ ਤਾਂ ਹੋ ਤੁਹਾਨੂੰ ਸਭ ਕੁਛ, ਉੱਤੇ ਜਾਣ ਲੱਗੇ ਤਾਂ ਜ਼ੋਰ ਬਾਹਲਾ ਲੱਗਿਆ ਸੀ ਮੇਰਾ, ਕੁਛ ਨਹੀਂ ਦਿਖਾਇਆ। ਵੈਸੇ ਮੈਂ ਵਾਰ ਵਾਰ ਕਹੀ ਇੰਨਾ ਵਿਊ ਵਿਊ ਵਿਊ, ਪਰ ਸੱਚੀ ਯਾਰ ਵਿਊ ਵਾਲੇ ਹੱਥ ਨੇ, ਫੋਨ 'ਚ ਨਹੀਂ ਇੰਨਾ ਪਤਾ ਲੱਗਦਾ, ਉੱਦਾਂ ਵਾਲਾ ਪਤਾ ਲੱਗਦਾ। ਚੰਗੀ ਤਰ੍ਹਾਂ ਨੋਟ ਕਰ ਲਓ, ਥੱਲੇ ਆ ਕੇ ਤੁਹਾਨੂੰ ਆਹੀ ਧਰਮਾ ਦਿਖਾਉਣਾ ਆਪਾਂ। ਓਕੇ, ਗੇਮ ਆਨ ਦਾ ਵੇ ਫਰੋਮ ਦੇਅਰ, ਨਾਓ ਅਗੇਨ ਗੋਇੰਗ ਦੇਅਰ। ਕਿਹਾ ਸੀ ਨਾ ਝਰਨਾ ਦਿਖਾਉਣ, ਲਓ ਦੇਖ ਲਓ, ਦਿਖ ਨਹੀਂ ਰਿਹਾ ਇੱਕ ਮਿੰਟ, ਹਾਂ ਦੇਖੋ ਝਰਨਾ ਉਹੀ ਵਾਲੇ ਪਾਣੀ 'ਚ ਆ ਰਿਹਾ। ਆਫਟਰ ਰਨਿੰਗ ਕੌਨਸਟੈਂਟਲੀ ਫੋਰ ਲਗਾਤਾਰ ਡੇਢ ਘੰਟਾ ਦੌੜਨ ਤੋਂ ਬਾਅਦ ਐਨਰਜੀ ਬੂਸਟ ਮੈਨ, ਸੋ ਫਾਈਨਲੀ ਅਰਾਈਵਡ ਐਟ ਗੋਬਿੰਦ ਧਾਮ ਅਬਾਊਟ 3:45। ਸੀ ਦਾ ਬਿਊਟੀ, ਜਸਟ ਅ ਫਿਊ ਮੂਮੈਂਟਸ ਅਵੇ ਫਰੋਮ ਗੁਰਦੁਆਰਾ, ਟਿਲ ਦੈਨ ਇੰਜੋਏ ਦਿਸ ਥਿੰਗ, ਡੋਂਟ ਨੋ ਵੈਦਰ ਵੀ ਵਿਲ ਸਟੇ ਓਵਰ ਦੇਅਰ ਔਰ ਨੋਟ, ਡਿਪੈਂਡਸ, ਬਟ ਜਸਟ ਫਸਟ ਲੈਟਸ ਗੋ ਡਾਊਨ। ਜਿਹੜਾ ਮਿਊਜ਼ਿਕ ਚੱਲ ਰਿਹਾ ਉਹ ਆਉਂਦਾ, ਪਰ ਪਤਾ ਨਹੀਂ ਕੀ ਇਹ ਚੱਲ ਰਿਹਾ, ਇਹਨਾਂ ਦੇ ਬੜਾ ਕੁਛ ਨੇਪਾਲੀ ਬੋਲੀ। ਕਿਉਂਕਿ ਅਪਡੇਟ ਯੂਆਰ ਸਟੇਇੰਗ ਐਟ ਗੋਬਿੰਦਾ ਨੋਟ ਟੂਡੇ ਬਿਕੋਜ ਇਟਸ ਅਬਾਊਟ 5 PM ਐਂਡ ਇਟ ਵਿਲ ਟੇਕ ਅਰਾਊਂਡ
2.5 to 3 hours for us minimum to reach down there. So you know it will become dark and difficult to go, so we are staying here. Tomorrow morning we are then going down, and then we'll tell you the next plans.